ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਨਾਲ ਫੈਸਟੀਵਲ ਸੀਜ਼ਨ ਵੀ ਆ ਰਹੇ ਜਿਸ ਨੂੰ ਲੈ ਕੇ ਹੁਣ ਲਾਅ ਐਂਡ ਆਰਡਰ ਨੂੰ ਕਿਸ ਤਰ੍ਹਾਂ ਅਸੀਂ ਦੇਖਣਾ ਹੈ ਉਸ ਵਾਸਤੇ ਡੀਜੀਪੀ ਗੌਰਵ ਯਾਦਵ ਦੀ ਹਦਾਇਤਾਂ ਤੋਂ ਬਾਅਦ ਹੁਣ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਨਾਕੇ ਲਾਏ ਜਾ ਰਹੇ ਨੇ ਸਰਚ ਆਪਰੇਸ਼ਨ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਮੋਹਾਲੀ ਜ਼ਿਲ੍ਹੇ ਦੇ ਅਸੀਂ ਮੌਜੂਦ ਹਾਂ ਏਅਰਪੋਰਟ ਰੋਡ ਤੇ ਉੱਥੇ ਪੂਰੀ ਜਿਹੜੀ ਪੁਲਿਸ ਫੋਰਸ ਹੈ ਸੀਨੀਅਰ ਅਫਸਰ ਨੇ ਉਹ ਇੱਥੇ ਪਹੁੰਚੇ ਹੋਏ ਨੇ ਡੀਆਈਜੀ ਰੋਪੜ ਰੇਂਜ ਨਿਲਾਮਰੀ ਜਗ੍ਹਾ ਤੇ ਐਸਐਸਪੀ ਮੋਹਾਲੀ ਦੇ ਨਾਲ ਜਿੰਨੀ ਵੀ ਜਿਹੜੀ ਫੋਰਸ ਹੈ ਉਹ ਇੱਥੇ ਪਹੁੰਚੀ ਹੋਈ ਹੈ ਤੇ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਸਰਚ ਆਪਰੇਸ਼ਨ ਜਿਹੜੇ ਆ ਉਹ ਲਾਏ ਜਾ ਰਹੇ ਆ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਕੋਈ ਲਾਅ ਐਂਡ ਆਰਡਰ ਜਿਹੜਾ ਉਹ ਖਰਾਬ ਨਾ ਹੋਵੇ ਜਿਸ ਨੂੰ ਲੈ ਕੇ ਲਗਾਤਾਰ ਵੱਖ ਵੱਖ ਜਿਹੜੇ ਏਰੀਆ ਨੇ ਜੋ ਖਾਸ ਤੌਰ ਤੇ ਹੌਟ ਸਪੌਟ ਏਰੀਆ ਨੇ ਉੱਥੇ ਵੀ ਪੂਰਾ ਜਿਹੜਾ ਹੈਗਾ ਉਹ ਚੈੱਕ ਕੀਤਾ ਜਾ ਰਿਹਾ ਔਰ ਜਿਹਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਪੁਲਿਸ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਸੀਨੀਅਰ ਆਫਿਸਰ ਡੀਆਈਜੀ ਰੇਂਜ ਸਾਡੇ ਨਾਲ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਮੈਮ ਲਾਅ ਐਂਡ ਆਰਡਰ ਦੇ ਵੇਖਦੇ ਹੋਏ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਹੋਏ ਨੇ ਕਿਉਂਕਿ ਫੈਸਟੀਵਲ ਸੀਜ਼ਨ ਵੀ ਆ ਰਿਹਾ ਪੰਚਾਇਤੀ ਚੋਣਾਂ ਵੀ ਜਿਹੜੀ ਹੈਗੀ ਆ ਰਹੀ ਹੈ ਉਹਦੇ ਮੱਦੇਨਜ਼ਰ ਕਿਸ ਤਰ੍ਹਾਂ ਦੀ ਤਿਆਰੀ ਤੁਸੀਂ ਦੇਖਿਆ ਹੋਣਾ ਕੱਲ ਮਾਨਯੋਗ ਡੀਜੀਪੀ ਪੰਜਾਬ ਨੇ ਖੁਦ ਇੱਥੇ ਮੋਹਾਲੀ ਵਿਖੇ ਆ ਕੇ ਸੇਫ ਨੇਬਰਹੁੱਡ ਪ੍ਰੋਜੈਕਟ ਲਾਂਚ ਕੀਤਾ ਹੈ ਜਿਹਦਾ ਪੂਰਾ ਕਨਸੈਪਟ ਹੀ ਇਹੀ ਹੈਗਾ ਕਿ ਪੁਲਿਸ ਦੀ ਪ੍ਰੈਜੈਂਸ ਫੀਲਡ ਦੇ ਵਿੱਚ ਵਧਾਣੀ ਹੈਗੀ ਹੈ ਜਿਹੜਾ ਸਟਰੀਟ ਕ੍ਰਾਈਮ ਹੈਗਾ ਉਹਨੂੰ ਰੋਕਣਾ ਹੈਗਾ ਤੇ ਜਿਹੜੀ ਮਾਰਕੀਟ ਵਾਲੀ ਥਾਵਾਂ ਹੈਗੀ ਭੀੜ ਭੜੱਕੇ ਵਾਲੀ ਥਾਵਾਂ ਹੈਗੀ ਹੈ ਉੱਥੇ ਪੁਲਿਸ ਦੀ ਪ੍ਰੈਜੈਂਸ ਨੂੰ ਵਧਾਉਣਾ ਹੈਗਾ ਸੋ ਦੈਟ ਸਿਟੀਜ਼ਨਸ ਦੇ ਮਨਾਂ ਦੇ ਵਿੱਚ ਨਾਗਰਿਕਾਂ ਦੇ ਮਨਾਂ ਦੇ ਵਿੱਚ ਇੱਕ ਸੁਰੱਖਿਅਤਤਾ ਦੀ ਭਾਵਨਾ ਅਸੀਂ ਨਿਰਮਾਣ ਕਰ ਸਕੀਏ ਤੇ ਉਸਦੇ ਨਾਲ ਨਾਲ ਹੀ ਕੁਛ ਏਰੀਆਜ਼ ਹੈਗੇ ਮੋਹਾਲੀ ਦੇ ਜਿੱਥੇ ਕਿਸੇ ਪਰਟੀਕੁਲਰ ਟਾਈਪ ਦਾ ਕ੍ਰਾਈਮ ਹੈਗਾ ਜਿਵੇਂ ਸਨੈਚਿੰਗ ਦਾ ਕ੍ਰਾਈਮ ਹੈ ਥੇਫਟਸ ਦਾ ਕ੍ਰਾਈਮ ਹੈਗਾ ਜੋ ਪੈਟੀ ਕ੍ਰਾਈਮ ਹੈਗਾ ਉਸ ਤਰੀਕੇ ਦਾ ਕ੍ਰਾਈਮ ਜਿੱਥੇ ਹੋ ਰਿਹਾ ਹੈਗਾ ਉਹਦੀ ਅਸੀਂ ਮੈਪਿੰਗ ਕੀਤੀ ਹੋਈ ਹੈ ਕਿ ਕਿਸ ਏਰੀਆ ਦੇ ਵਿੱਚ ਕਿਸ ਪਰਟੀਕੁਲਰ ਟਾਈਮ ਸਲੋਟ ਦੇ ਵਿੱਚ ਉਸ ਤਰੀਕੇ ਦਾ ਕ੍ਰਾਈਮ ਹੋ ਰਿਹਾ ਹੈਗਾ ਸੋ ਉਸ ਪਰਟੀਕੁਲਰ ਟਾਈਮ ਸਲੋਟ ਦੇ ਵਿੱਚ ਉਸ ਪਰਟੀਕੁਲਰ ਕ੍ਰਾਈਮ ਨੂੰ ਨੱਥ ਪਾਉਣ ਲਈ ਉਹਨੂੰ ਰੋਕਣ ਲਈ ਅਸੀਂ ਉੱਥੇ ਪਰਟੀਕੁਲਰ ਟਾਈਪ ਦੀ ਇੱਕ ਪੁਲਿਸਿੰਗ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਵਧਾ ਰਹੇ ਹਾਂ ਕਿ ਕਿਸ ਏਰੀਆ ਦੇ ਵਿੱਚ ਅਸੀਂ ਗਸ਼ਤ ਵਧਾ ਰਹੇ ਹਾਂ ਕਿਸੇ ਏਰੀਆ ਦੇ ਵਿੱਚ ਅਸੀਂ ਪੀਸੀਆਰ ਦੀ ਪ੍ਰੈਜੈਂਸ ਵਧਾ ਰਹੇ ਉੱਥੇ ਹੋਲਟਿੰਗ ਪੁਆਇੰਟਸ ਉਹਨਾਂ ਦੇ ਬਣਾ ਰਹੇ ਹੈ ਕੁਛ ਵੈਂਟੇਜ ਪੁਆਇੰਟਸ ਅਸੀਂ ਬਣਾਏ ਹੈਗੇ ਉੱਥੇ ਅਸੀਂ ਨਾਕਾਬੰਦੀ ਖਾਸ ਤੌਰ ਤੇ ਲਗਾ ਰਹੇ ਹੈ ਹੁਣ ਅੱਜ ਜਿਹੜਾ ਅਸੀਂ ਇਹ ਆਪਰੇਸ਼ਨ ਕੀਤਾ ਹੈਗਾ ਇਹ ਸਿਟੀ ਵਾਈਡ ਰੈਡ ਅਲਰਟ ਕੀਤਾ ਹੈਗਾ ਇਹਦੇ ਮੁਤਾਬਿਕ ਹਰੇਕ ਥਾਣੇ ਦੇ ਏਰੀਆ ਦੇ ਵਿੱਚ ਘੱਟੋ ਘੱਟ ਦੋ ਨਾਕੇ ਅਸੀਂ ਲਗਾਏ ਹੈਗੇ ਜੋ ਕਿ ਬਹੁਤ ਹੀ ਸਟਰੋਂਗ ਨਾਕੇ ਲਗਾਏ ਹੈ ਅੱਗੇ ਤੁਸੀਂ ਦੇਖਿਆ ਹੋਣਾ ਕਿ ਅਸੀਂ ਫੋਰਸ ਦੀ ਘਾਟ ਹੋਣ ਕਾਰਨ ਤਿੰਨ ਚਾਰ ਮੁਲਾਜ਼ਮ ਲਾਉਂਦੇ ਸੀਗੇ ਹੁਣ ਘੱਟੋ ਘੱਟ 8-10 ਮੁਲਾਜ਼ਮ ਹਰੇਕ ਨਾਕੇ ਤੇ ਅਸੀਂ ਹਾਜ਼ਰ ਕੀਤੇ ਹੋਏ ਇਹਦੇ ਲਈ ਖਾਸ ਤੌਰ ਤੇ ਅਸੀਂ ਐਕਸਟਰਾ ਫੋਰਸ ਜਿਹੜੀ ਹੈਗੀ ਹੈ ਲਾਅ ਐਂਡ ਆਰਡਰ ਵਿੰਗ ਤੋਂ ਸਾਨੂੰ ਮਿਲੀ ਹੈਗੀ ਹੈ ਇਹਦੇ ਮੱਦੇਨਜ਼ਰ ਜਿੱਦਾਂ ਤੁਸੀਂ ਕਿਹਾ ਹੈ ਲਾਅ ਐਂਡ ਆਰਡਰ ਜਿਹੜਾ ਹੈਗਾ ਮੇਨ ਮੈਮ ਹੋਰ ਕਿਸ ਤਰ੍ਹਾਂ ਦੇ ਸਰਚ ਆਪਰੇਸ਼ਨ ਦੀ ਤੁਸੀਂ ਗੱਲ ਕੀਤੀ ਕੱਲ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਗਏ ਸੀ ਨਾਕਿਆਂ ਦੇ ਨਾਲ ਹੋਰ ਕਿਸ ਤਰ੍ਹਾਂ ਕਮਿਊਨਿਟੀ ਪੁਲਿਸਿੰਗ ਦੀ ਕੱਲ ਡੀਜੀਪੀ ਸਾਹਿਬ ਵੀ ਲੋਕਾਂ ਦੇ ਨਾਲ ਮਿਲੇ ਕਈ ਸੁਝਾਅ ਜਿਹੜੇ ਦਿੱਤੇ ਗਏ ਨੇ ਹੋਰ ਵੀ ਚੀਜ਼ਾਂ ਜਿਹੜੀ ਹੈਗੀ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਬਿਲਕੁਲ ਹੁਣ ਜਿਵੇਂ ਅੱਗੇ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕਿਆ ਆਲਰੇਡੀ ਆ ਰਿਹਾ ਹੈਗਾ ਸੋ ਉਸ ਵੇਲੇ ਅਸੀਂ ਮਾਰਕੀਟ ਦੇ ਵਿੱਚ ਵੀ ਜਿਹੜੀ ਹੈਗੀ ਹੈ ਸਰਚ ਕਰਾਵਾਂਗੇ ਸੋ ਕਦੇ ਜਿਹੜੀ ਹੈਗੀ ਅਸੀਂ ਡੌਗ ਸਕੁਆਡ ਨੂੰ ਬੁਲਾ ਕੇ ਸਰਚ ਕਰਾਵਾਂਗੇ ਕਦੇ ਜਿਹੜਾ ਹੈਗਾ ਸਾਡਾ ਐਂਟੀ ਸਬੋਟਾਜ ਸਕੁਆਡ ਜਿਹੜਾ ਹੈਗਾ ਉਹਨਾਂ ਨੂੰ ਲੈ ਕੇ ਅਸੀਂ ਸਰਚ ਕਰਾਵਾਂਗੇ ਕਦੇ ਅਸੀਂ ਜਿਹੜਾ ਹੈਗਾ ਕੋਮਬਿੰਗ ਆਪਰੇਸ਼ਨ ਕਰਾਵਾਂਗੇ ਸੋ ਡਿਪੈਂਡਿੰਗ ਔਨ ਦੀ ਨੀਡ ਆਫ ਦੀ ਸਿਚੁਏਸ਼ਨ ਐਂਡ ਨੀਡ ਆਫ ਦੀ ਅਰ ਅਸੀਂ ਆਪਣੇ ਆਪਰੇਸ਼ਨਸ ਦੇ ਜਿਹੜੇ ਸਵਰੂਪ ਹੈਗੇ ਉਹਨਾਂ ਨੂੰ ਬਦਲਾਵਾਂਗੇ ਕੋਈ ਹੌਟਸਪੌਟ ਏਰੀਆ ਵੀ ਆਈਡੈਂਟੀਫਾਈ ਕੀਤੇ ਗਏ ਨੇ ਜਿਹੜਾ ਲਾਸਟ ਟਾਈਮ ਵੀ ਤੁਸੀਂ ਦੱਸਿਆ ਸੀਗਾ ਕਿ ਹੌਟਸਪੌਟ ਆਈਡੈਂਟੀਫਾਈ ਕਰਕੇ ਉੱਥੇ ਜਿਹੜੀ ਹੈਗੀ ਬਿਲਕੁਲ ਜਿਵੇਂ ਡਰੱਗਸ ਦੇ ਹੌਟਸਪੌਟਸ ਹੈਗੇ ਆਪਾਂ ਆਈਡੈਂਟੀਫਾਈ ਕੀਤੇ ਸੀਗੇ ਤ੍ਰਿਵੇਦੀ ਕੈਂਪ ਹੈਗਾ ਬਲੌਂਗੀਕਲ ਹੌਟਸਪੌਟ ਹੈਗਾ ਉੱਥੇ ਆਪਾਂ ਕੀਤਾ ਹੈ ਜੁਝਾਰ ਨਗਰ ਹੈਗਾ ਬੰਗਾਲਾ ਬਸਤੀ ਹੈਗਾ ਤੋ ਇਸ ਤਰੀਕੇ ਦੇ ਡਰੱਗ ਹੌਟਸਪੌਟਸ ਆਪਾਂ ਆਈਡੈਂਟੀਫਾਈ ਕੀਤੇ ਹੈਗੇ ਇੱਥੇ ਟਾਈਮ ਟੂ ਟਾਈਮ ਆਪਾਂ ਕਾਸੋ ਆਪਰੇਸ਼ਨ ਜ਼ਰੂਰ ਚਲਾਵਾਂਗੇ ਫਿਰ ਜਿਸ ਤਰੀਕੇ ਨਾਲ ਅੱਜ ਆਪਾਂ ਕਰ ਰਹੇ ਹੈਗੇ ਇਹ ਪਾਇਆ ਗਿਆ ਹੈਗਾ ਕਿ ਵਿਦਾਊਟ ਨੰਬਰ ਮੋਟਰਸਾਈਕਲ ਜਿਹੜੇ ਹੈਗੇ ਵਿਦਾਊਟ ਨੰਬਰ ਪਲੇਟ ਦੇ ਜਾਂ ਗਲਤ ਤਰੀਕੇ ਨਾਲ ਇਲੀਗਲ ਤਰੀਕੇ ਨਾਲ ਦੇ ਜਿਹੜੇ ਨੰਬਰ ਪਲੇਟਸ ਲਗਾਏ ਹੈਗੇ ਉਸ ਮੋਟਰਸਾਈਕਲ ਦੇ ਉੱਤੇ 18 ਸਾਲ ਤੋਂ ਲੈ ਕੇ 35-40 ਸਾਲ ਤੱਕ ਦੇ ਜਿਹੜੇ ਬੰਦੇ ਹੈਗੇ ਇਹ ਇਸ ਤਰੀਕੇ ਦੇ ਪੈਟੀ ਕ੍ਰਾਈਮਸ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਜ਼ਿਆਦਾ ਹੈਗੀ ਹੁਣ ਉਹਨਾਂ ਨੂੰ ਨੱਥ ਪਾਉਣ ਲਈ ਇਹ ਖਾਸ ਤਰੀਕੇ ਦਾ ਚੈਕਿੰਗ ਅਭਿਆਨ ਅੱਜ ਅਸੀਂ ਦਿੱਤਾ ਹੈਗਾ ਸੋ ਇਸ ਤਰੀਕੇ ਦੇ ਅਚਨਚੇਤੀ ਚੈਕਿੰਗ ਅਭਿਆਨ ਅਸੀਂ ਰੈਗੂਲਰਲੀ ਚਲਾਵਾਂਗੇ ਤੇ ਇਹਦੇ ਬਾਰੇ ਜਿਹੜਾ ਹੈਗਾ ਸਾਡੇ ਜਿਹੜੇ ਮੁਲਾਜ਼ਮ ਹੈਗੇ ਇਹਨਾਂ ਨੂੰ ਪਤਾ ਨਹੀਂ ਹੋਊਗਾ ਇਹਦਾ ਮੈਸੇਜ ਅਸੀਂ ਸਡਨਲੀ ਦੇਣਾ ਸਰਪ੍ਰਾਈਜ਼ ਚੈਕਿੰਗ ਜਿਹੜੀ ਕੱਲ ਜਿੱਦਾਂ ਸਰ ਨੇ 11 ਫੇਸ ਕੀਤੀ ਹੈ ਦੇਰ ਵਿਲ ਬੀ ਸਰਪ੍ਰਾਈਜ਼ ਐਲੀਮੈਂਟ ਇਨ ਦੀਸ ਕਾਈਂਡ ਆਫ ਆਪਰੇਸ਼ਨਸ
किस टाइप का ऑपरेशन होगा ते किस वेले चलूगा ये ते किथे चलूगा ये तीनों एलीमेंट्स जड़े हैगे एदे विच सरप्राइज होगा ते ए ऑपरेशंस जड़े हैगे सीनियर ऑफिसर्स खुद फील्ड विच उतर के लीड करांगे। बहुत जरूरी हो जाता है जिदा मैम ने भी दस्या क्योंकि एक बार कैमरा देखा बहुत ज्यादा इस टाइम ट्रैफिक होंदी है और कोशिश यही है कि लॉ एंड ऑर्डर नूं मेंटेन किया जाए। दूजा ट्रैफिक नूं पूरा रेगुलेट तरीके दे नाल किसी भी तरह का कोई शरारती अंसर तो नहीं किसी तरह की कोई वारदात नूं अंजाम दे के भज रहे या लुकाउण की कोशिश कर रहे, यह सारी चीजां नूं लैके। दूजी गल जिहड़ी सरप्राइज चैकिंग की मैम ने गल की है, हालांकि हुण लगातार जिहड़े भी खास तौर पर जिहड़े हॉटस्पॉट एरिया आइडेंटीफाई किए ने उत्थे जाके पूरा जिहड़े उत्थे सरप्राइज चैकिंग करना के जिहड़े भी सस्पैक्ट ने या जिन्हां दे भी शक है उन्हां नूं जिहड़ा हैगा डिटेन करके पुछगिछ करना, यह बहुत जरूरी हो जाता है कि किसी भी तरह के कोई शरारती अंसर किसी वारदात नूं अंजाम ना दे सकन। उस तो पहला ही जिहड़ा क्राइम है उसनू ठल पाउण वास्ते पूरे अरेंजमेंट्स पुलिस वल्लों किए गए ने ते अगे आने वाले समय च भी इस तरह की चीजा जिहड़ियां ओह देखण नूं मिलेगी।